ਰੋਟਰੀ ਕਲੱਬ ਅੰਮ੍ਰਿਤਸਰ ਵੈਸਟ ਦੇ ਸਹਿਯੋਗ ਨਾਲ ACP D ਜਿਤੇਂਦਰ ਨੇ ਕੱਚੇ ਕੁਆਟਰ ਕਬੀਰ ਪਾਰਕ ਵਿਖੇ ਲੋਕਾਂ ਨੂੰ ਰਾਸ਼ਨ ਵੰਡਿਆ ਅਤੇ ਹਰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨ ਪੁਨੀਤ ਇਸਰ, ਡਾਕਟਰ ਜਸਪ੍ਰੀਤ ਸਿੰਘ ਗਰੋਵਰ, DP ਸਿੰਘ, ਕੁਨਾਲ ਪਾਟਿਆ ਵੀ ਮੌਜੂਦ ਸਨ। ਅੱਜ ਅਸੀਂ ਇਹ ਕੱਚੇ ਕੁਆਟਰ ਹੈਗੇ ਹੈ ਸੁਰਤਾ ਸਿੰਘ ਰੋਡ 'ਤੇ, ਉਹਨਾਂ 'ਚ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਜਿਹੜਾ ਰਾਸ਼ਨ ਵਿਤਰਨ ਕਰ ਰਹੇ ਹਾਂ ਅਤੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਘਰੋਂ ਬਾਹਰ ਨਾ ਨਿਕਲੋ, ਤੁਹਾਡੇ ਕੋਲ ਰਾਸ਼ਨ ਨਹੀਂ ਮੁੱਕਣ ਦਿਆਂਗੇ। ਅਤੇ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਕਿ ਘਰੋਂ ਬਾਹਰ ਨਾ ਨਿਕਲਣ, ਜਿੰਨਾ ਘਰ ਦੇ ਅੰਦਰ ਰਹਿਣਗੇ ਉੱਨੀ ਜਲਦੀ ਹੈ ਜਿਹੜੀ ਮਹਾਂਮਾਰੀ ਆਪਣੇ ਆਪ ਹੀ ਖਤਮ ਹੋ ਜਾਏਗੀ। ਅਸੀਂ ਇਹ ਉਪਰਾਲਾ ਕੀਤਾ ਰੋਟਰੀ ਕਲੱਬ ਨੇ ਕਿ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਵਾਂਗੇ ਤਾਂ ਕਿ ਉਹ ਘਰੋਂ ਬਾਹਰ ਨਾ ਨਿਕਲਣ। ਔਰ ਜਿਹੜੀ ਹੈ ਕ੍ਰੂਸ਼ਲ ਟਾਈਮ ਹੈਗਾ, ਦੁੱਖ ਦੀ ਘੜੀ ਹੈਗੀ ਹੈ, ਇਹਨੂੰ ਆਪਾਂ ਰਲ ਮਿਲ ਕੇ ਸਾਰੇ ਜਿਹੜੇ ਹੈਗੇ ਨੇ ਇਹਨੂੰ ਆਪਾਂ ਪੂਰਾ ਕਰ ਲਈਏ ਕਿ ਆਪਣਾ ਉਹ 10-15 ਦਿਨ ਆਪਣਾ ਘਰ ਰਾਸ਼ਨ ਖਾ ਸਕਣ ਔਰ ਉਹਨਾਂ ਨੂੰ ਬਾਹਰ ਜਾਣਾ ਨਾ ਪਏ, ਜੋ ਅਸੈਂਸ਼ੀਅਲ ਜੋ ਚਾਹੀਦਾ ਉਹਨਾਂ ਨੂੰ ਉਹ ਆਪਣਾ ਪੂਰਾ ਕਰ ਸਕਣ।